ਵੈਲਕਮ ਟੂ ਟੀਜ਼ਡ ਫੂਡ ਐਂਡ ਲਾਈਫ। ਔਰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕੁਛ ਵੇਗਨ ਆਪਸ਼ਨ, ਜਿਹੜੇ ਕਿ ਲੋਕੀ ਡੇਅਰੀ ਨਹੀਂ ਖਾ ਸਕਦੇ, ਜਿਹਨਾਂ ਨੂੰ ਸੂਟ ਨਹੀਂ ਕਰਦਾ ਮਿਲਕ, ਕਾਉ ਮਿਲਕ ਨਹੀਂ ਸੂਟ ਕਰਦਾ, ਜਿਹਨਾਂ ਲੈਕਟੋਸ ਇਨਟੋਲਰੈਂਟ ਹੁੰਦੇ ਆ ਜਿਹੜੇ ਲੋਕ, ਉਹਨਾਂ ਲਈ ਅਸੀਂ ਇੱਕ ਚੀਜ਼ ਬਣਾਉਣ ਜਾ ਰਹੇ ਹਾਂ। ਉਸ ਤੋਂ ਪਹਿਲਾਂ ਮੈਂ ਉਹਦੇ ਫਾਇਦੇ ਜ਼ਰੂਰ ਦੱਸਣਾ ਚਾਹਾਂਗੀ ਸਟਾਰਟ ਕਰਨ ਤੋਂ ਪਹਿਲਾਂ। ਐਲਮੰਡ ਮਿਲਕ ਜਿਹੜਾ ਹੁੰਦਾ ਹੈ ਐਲਮੰਡਸ ਤੋਂ ਬਣਦਾ ਹੈ, ਲਾਈਕ ਸੋਕ ਐਲਮੰਡ ਨੂੰ ਅਸੀਂ ਓਵਰਨਾਈਟ ਸੋਕ ਕਰਕੇ ਰੱਖ ਲੈਂਦੇ ਹਾਂ। ਸੋ ਹੇਅਰ ਵੀ ਹੈਵ 20 to 25 ਸੋਕਡ ਐਲਮੰਡਸ, ਜਿਹਨਾਂ ਨੂੰ ਅਸੀਂ ਪੀਲ ਕਰਕੇ ਰੱਖ ਲਿਆ ਹੈ ਆਪਣੇ ਕੋਲ ਓਵਰਨਾਈਟ ਭਿਗੋਏ ਆ। ਹਾਂ, ਓਵਰਨਾਈਟ ਸੋਕ, ਜੇ ਤੁਹਾਨੂੰ ਕੋਈ ਜਲਦੀ ਹੈ ਤੁਸੀਂ ਹੌਟ ਵਾਟਰ 'ਚ ਉਹਨਾਂ ਨੂੰ 2 ਘੰਟੇ ਸੋਕ ਕਰਕੇ ਰੱਖ ਸਕਦੇ ਹੋ ਜੇ ਅਰਜੈਂਟ ਬੇਸਿਸ 'ਤੇ। ਓਕੇ ਓਕੇ ਰਾਈਟ। ਅਤੇ ਬਾਕੀ ਇਹਦੇ ਬਹੁਤ ਸਾਰੇ ਬੈਨੀਫਿਟਸ ਹਨ। ਵੈਸੇ ਤਾਂ ਲਾਈਕ ਐਲਮੰਡਸ ਬਾਰੇ ਸਭ ਨੂੰ ਹੀ ਪਤਾ ਹੈ ਕਿ ਇਟ ਇਜ਼ ਵੈਰੀ ਰਿਚ ਇਨ ਨਿਊਟ੍ਰੀਐਂਟਸ, ਵਿਟਾਮਿਨ ਈ, ਵਿਟਾਮਿਨ ਏ, ਇਹਦੇ ਲਾਈਕ ਇਟ ਇਜ਼ ਇਨ ਅਬੰਡੈਂਸ ਐਂਡ ਇਟ ਇਜ਼ ਵੈਰੀ ਗੁੱਡ ਫਾਰ ਬ੍ਰੇਨ, ਇਟ ਇਜ਼ ਵੈਰੀ ਗੁੱਡ ਫਾਰ ਕਿਡਸ, ਰਾਈਟ, ਬਟ ਵੈਰੀ ਗੁੱਡ ਫਾਰ ਹੇਅਰ ਟੂ ਆਈ ਥਿੰਕ। ਹੇਅਰ ਐਂਡ ਸਕਿਨ, ਵਿਟਾਮਿਨ ਈ ਜਿਹੜਾ ਹੁੰਦਾ ਉਹ ਹੇਅਰ ਐਂਡ ਸਕਿਨ ਲਈ ਬਹੁਤ ਅੱਛਾ, ਯੈਸ ਯਾ ਯਾ, ਵੀ ਬਹੁਤ ਅੱਛਾ ਹੈ, ਜਿਹੜੇ ਸਕਿਨ ਲਾਈਕ ਸਕਿਨ ਨੂੰ ਬਹੁਤ ਹੈਲਦੀ ਰੱਖਦਾ ਹੈ, ਐਂਟੀ ਏਜਿੰਗ ਇਫੈਕਟਸ ਹੁੰਦੇ ਹੈ ਇਹਦੇ। ਸੋ ਵੈਸੇ ਵੀ ਬਹੁਤ ਅੱਛਾ ਐਲਮੰਡ ਮਿਲਕ, ਜੇ ਤੁਸੀਂ ਵੈਸੇ ਰਿਪਲੇਸ ਕਰੋ ਲਾਈਕ ਨੋਰਮਲ ਮਿਲਕ ਨੂੰ, ਨੋਰਮਲ ਮਿਲਕ ਵੀ ਜਿਹਨਾਂ ਨੂੰ ਸੂਟ ਕਰਦਾ ਇਟ ਇਜ਼ ਵੈਰੀ ਗੁੱਡ, ਉਹਦੇ 'ਚ ਵੀ ਬਹੁਤ ਸਾਰੇ ਪ੍ਰੋਟੀਨਸ ਔਰ ਮਤਲਬ ਨਿਊਟ੍ਰੀਐਂਟਸ, ਕੈਲਸ਼ੀਅਮ ਐਂਡ ਆਲ, ਕੈਲਸ਼ੀਅਮ ਹੁੰਦਾ ਹੈ, ਬਟ ਸਟਿਲ ਦਿਸ ਇਜ਼ ਅ ਵੇਗਨ ਆਪਸ਼ਨ ਐਂਡ ਦਿਸ ਇਜ਼ ਐਨ ਐਡੀਸ਼ਨਲ ਕਿ ਜਿਹਨਾਂ ਨੂੰ ਜਿਹੜੇ ਡਾਇਟ ਕੌਨਸ਼ੀਅਸ ਨੇ ਜਾਂ ਜਿਹੜੇ ਡਾਇਟਿੰਗ ਕਰ ਰਹੇ ਹੈ ਉਹਨਾਂ ਲਈ ਵੀ ਇਹ ਲਾਈਕ ਇਟ ਇਜ਼ ਵੈਰੀ ਗੁੱਡ। ਜੇ ਤੁਸੀਂ ਇਹ ਜਿਹੜੇ ਡਾਇਟ ਵਾਚਸ ਹੈ, ਵੇਟ ਵਾਚਸ ਹੈ, ਉਹਨਾਂ ਲਈ ਬਹੁਤ ਅੱਛਾ ਹੁੰਦਾ ਹੈ, ਲਾਈਕ ਦੇ ਕੈਨ ਯੂਜ਼ ਇਟ, ਲਾਈਕ ਦੇ ਇਟ ਇਜ਼ ਐਨ ਆਲਟਰਨੇਟਿਵ ਆਪਸ਼ਨ, ਜੇ ਕੋਈ ਯੂਜ਼ ਕਰਨਾ ਚਾਹੇ ਤਾਂ ਦੇ ਕੈਨ ਯੂਜ਼ ਇਟ। ਲੇਕਿਨ ਤੁਸੀਂ ਇਹਨੂੰ ਹੌਟ ਔਰ ਕੋਲਡ ਬੈਵਰੇਜਿਸ ਦੋਨੋਂ ਵਿੱਚ ਯੂਜ਼ ਕਰ ਸਕਦੇ ਹੋ, ਲਾਈਕ ਸ਼ੇਕਸ ਵਿੱਚ ਵੀ ਯੂਜ਼ ਕਰ ਸਕਦੇ ਹੋ, ਸ਼ੇਕਸ ਵਿੱਚ ਤਾਂ ਕਰ ਸਕਦੇ ਹੋ, ਹੌਟ ਵਿੱਚ ਵੀ ਕਰ ਸਕਦੇ ਹੋ, ਲਾਈਕ ਕੌਫੀ 'ਚ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਓਕੇ, ਔਰ ਇਹਦਾ ਟੇਸਟ ਕੋਈ ਲਾਈਕ ਨੋਰਮਲ ਮਿਲਕ ਵਾਂਗ ਨਹੀਂ ਹੁੰਦਾ, ਐਲਮੰਡ ਹੀ ਉਹਦੇ ਵਾਂਗ ਹੀ ਟੇਸਟ ਹੁੰਦਾ, ਵੀ ਥੋੜ੍ਹਾ ਜਿਵੇਂ ਐਲਮੰਡ ਦਾ ਨਟੀ ਟੇਸਟ ਹੀ ਰਹੇਗਾ ਓਬਵੀਅਸਲੀ। ਬਾਕੀ ਹੋਰ ਵੀ ਆਪਸ਼ਨ ਆਉਂਦੀ ਹੈ ਵੈਸੇ ਮਾਰਕੀਟ 'ਚ ਵੀ ਜਿਹੜੇ ਅਵੇਲੇਬਲ ਰਹਿੰਦੇ ਆ ਉਹਨਾਂ ਲਈ, ਉਹਦੇ 'ਚ ਪ੍ਰਿਜ਼ਰਵੇਟਿਵ ਹੁੰਦੇ ਆ। ਜਿਹੜੀ ਹੋਰ ਆਲਟਰਨੇਟਿਵ ਆਪਸ਼ਨਸ ਰਹਿੰਦੀ ਉਹ ਸੋਇ ਮਿਲਕ, ਨਟਸ ਅਤੇ ਹੋਰ ਮਿਲਕ ਬਣ ਜਾਂਦੇ ਆ, ਲੋਕ ਘਰ ਪ੍ਰਿਪੇਅਰ ਕਰ ਲੈਂਦੇ ਆ। ਐਲਮੰਡ ਮਿਲਕ ਵੀ ਮਿਲਦਾ ਹੈ ਆਲਰੇਡੀ ਲਾਈਕ ਬਣਿਆ ਬਣਾਇਆ, ਤੁਹਾਨੂੰ ਆਪਸ਼ਨ ਮਿਲ ਜਾਏਗੀ। ਇੱਕ ਤਾਂ ਮੈਨੂੰ ਲੱਗਦਾ ਕਿ ਉਹ ਐਕਸਪੈਂਸਿਵ ਵੀ ਹੁੰਦਾ ਹੈ ਲਾਈਕ ਅਗਰ ਤੁਸੀਂ ਬਾਹਰੋਂ ਖਰੀਦਣ ਜਾਓ, ਪਲੱਸ ਉਹਦੇ 'ਚ ਪ੍ਰਿਜ਼ਰਵੇਟਿਵ ਜ਼ਰੂਰ ਹੁੰਦੇ ਆ ਜਿਹਨਾਂ 'ਚ ਪਾਏ ਹੋਏ ਹੁੰਦੇ ਆ, ਰਾਈਟ। ਸੋ ਉਹਦੇ ਲਈ ਤੁਸੀਂ ਘਰ ਬਣਾ ਸਕਦੇ ਹੋ ਇਹਨੂੰ, ਵਿਚ ਇਜ਼ ਵੈਰੀ ਈਜ਼ੀ ਟੂ ਮੇਕ। ਹਾਂ, ਥੋੜ੍ਹਾ ਜਿਹਾ ਜਿਹੜੇ ਲੋਕ ਵਰਕਿੰਗ ਹੈ ਜਿਹਨਾਂ ਨੂੰ ਨਹੀਂ ਟਾਈਮ ਹੈ ਉਹਨਾਂ ਲਈ ਇਹ ਹੈ ਕਿ ਤੁਸੀਂ ਇਹਨੂੰ ਬਣਾ ਕੇ ਵੀ ਰੱਖ ਸਕਦੇ ਹੋ, ਲਾਈਕ ਇਟ ਕੈਨ ਸਟੇ ਫੋਰ ਅਪ ਟੂ 3 to 4 ਡੇਜ਼ ਫ੍ਰਿਜ 'ਚ, ਤੁਸੀਂ ਇਹ ਪ੍ਰਿਜ਼ਰਵ ਰੱਖ ਸਕਦੇ ਹੋ, ਕੰਚ ਦੀ ਬੋਟਲ 'ਚ ਪਾ ਕੇ ਜਾਂ ਕਿਸੇ 'ਚ ਜਾਰ 'ਚ ਪਾ ਕੇ ਤੁਸੀਂ ਇਹਨੂੰ ਮਿਲਕ ਨੂੰ ਬਣਾ ਕੇ ਰੱਖ ਸਕਦੇ ਹੋ ਔਰ ਯੂਜ਼ ਕਰ ਸਕਦੇ ਹੋ। ਜਿਹੜੇ ਨਹੀਂ ਕਰ ਸਕਦੇ ਉਹ ਜ਼ਰੂਰ ਤੁਸੀਂ ਲਾਈਕ ਯੂ ਦੇ ਕੈਨ ਟੇਕ ਇਟ ਫਰੋਮ ਦਾ ਮਾਰਕੀਟ ਔਰ ਯੂਜ਼ ਇਟ, ਰਾਈਟ। ਸੋ ਆਈ ਥਿੰਕ ਵੀ ਸ਼ੁੱਡ ਸਟਾਰਟ। ਇਹਦੇ ਲਈ ਸਾਨੂੰ ਪਹਿਲਾਂ ਅਸੀਂ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ 20 to 25 ਅਸੀਂ ਸੋਕਡ ਐਲਮੰਡਸ ਲੈ ਲੈਣੇ ਨੇ, ਰਾਈਟ। ਸੋ ਇਹਨਾਂ ਨੂੰ ਅਸੀਂ ਗ੍ਰਾਈਂਡ ਕਰਨਾ ਹੈ। ਸੋ ਵੀ ਐਡ ਅ ਲਿਟਲ ਬਿਟ ਆਫ ਵਾਟਰ, ਲਾਈਕ ਜਿਵੇਂ ਸਿਰਫ 2 or 3 ਟੇਬਲ ਸਪੂਨਸ ਆਫ ਵਾਟਰ, ਇਹਨੂੰ ਕਰਸ਼ ਕਰਨਾ ਹੈ। ਦੇਖੋ ਇਹਦੇ ਵਿੱਚ ਵਾਟਰ ਐਡ ਕਰਾਂਗੀ ਮੈਂ ਥੋੜ੍ਹਾ ਜਿਹਾ ਹੋਰ, ਯਾ
ਐਵੇਂ ਹੀ ਇਹਨੂੰ ਕਰਨਾ ਹੈ ਕਿ ਥੋੜਾ ਥੋੜਾ ਕਰਕੇ ਪਾਣੀ ਐਡ ਕਰਨਾ ਹੈ ਇਹਦੇ ਵਿੱਚ ਤਾਂ ਕਿ ਇਹਦੀ ਕੰਸਿਸਟੈਂਸੀ ਅੱਛੀ ਰਹੇ। ਪੇਸਟ ਦੀ ਤਰ੍ਹਾਂ ਲੱਗੇਗਾ ਤੁਹਾਨੂੰ, ਜਿਵੇਂ ਆਪਾਂ ਇੱਕ ਪੇਸਟ ਬਣਾਉਂਦੇ ਹਾਂ, ਸੋ ਇਟ ਵਿਲ ਸਟਾਰਟ ਲੁਕਿੰਗ ਲਾਈਕ ਦੈਟ ਐਂਡ ਦੈਨ ਵੀ ਕੈਨ ਸਲੋਲੀ ਐਡ ਵਾਟਰ। ਸੋ ਤੁਸੀਂ ਦੇਖ ਸਕਦੇ ਹੋ ਕਿ ਸਲਾਈਟਲੀ ਇਹ ਕੰਸਿਸਟੈਂਸੀ ਇਹਦੇ ਵਿੱਚ ਆ ਰਹੀ ਹੈ। ਨਾਓ ਇਟਸ ਲੁਕਿੰਗ ਲਾਈਕ ਮਿਲਕ ਨਾਓ। ਯਾ ਵਾਂਗ ਲੱਗਣ ਲੱਗ ਗਈ ਹੈ, ਵਾਈਟ ਮਿਲਕ ਵਾਂਗ, ਰਾਈਟ। ਸੋ ਇਹਦੇ ਚ ਤੁਸੀਂ ਵਾਟਰ ਐਡ ਕਰਕੇ ਇਹਨੂੰ ਥਿਨ ਕਰ ਸਕਦੇ ਹੋ, ਰਾਈਟ। ਐਂਡ ਇਟ ਇਜ਼ ਵੈਰੀ ਗੁੱਡ ਫੋਰ ਹੈਲਥ, ਇਟ ਹੈਜ਼ ਵੈਰੀ ਮੱਚ ਯੂ ਨੋ ਨਿਊਟ੍ਰੀਸ਼ਨਲ ਵੈਲਿਊ ਇਹਦੀ ਬਹੁਤ ਜ਼ਿਆਦਾ ਹੈ। ਅਤੇ ਇਹਨੂੰ ਤੁਸੀਂ ਉਹਦੇ ਚ ਵੀ ਯੂਜ ਕਰ ਸਕਦੇ ਹੋ, ਲਾਈਕ ਜਿਵੇਂ ਆਪਾਂ ਕੇਕਸ ਬਣਾਉਂਦੇ ਹਾਂ ਉਹਦੇ ਚ ਵੀ ਮਿਲਕ ਦੀ ਜਗ੍ਹਾ ਤੁਸੀਂ ਯੂਜ਼ ਕਰ ਸਕਦੇ ਹੋ। ਯੈਸ, ਸੋ ਇਟ ਇਜ਼ ਅ ਵੇਗਨ ਆਪਸ਼ਨ। ਲੋਕੀ ਅੱਜ ਕੱਲ੍ਹ ਵੇਗਨਿਜ਼ਮ ਵੱਲ ਬਹੁਤ ਜਾ ਰਹੇ ਹੈ, ਲਾਈਕ ਇਟ ਇਜ਼ ਲਾਈਕ ਅ ਪਲਾਂਟ ਬੇਸਡ ਆਪਸ਼ਨ। ਐਨੀਮਲ ਤੋਂ ਨਹੀਂ ਆ ਰਿਹਾ ਮਿਲਕ ਪ੍ਰੋਡਕਟ, ਇਹ ਵੀ ਪਲਾਂਟ ਦੀ ਆਪਸ਼ਨ ਹੈ, ਪਲਾਂਟ ਬੇਸਡ ਹੈ। ਮਤਲਬ ਅਸੀਂ ਬਹੁਤ ਸਾਰੀਆਂ ਜਗ੍ਹਾ ਤੇ ਇਹਨੂੰ ਯੂਜ਼ ਕਰ ਸਕਦੇ ਹਾਂ, ਲਾਈਕ ਨਾਰਮਲ ਮਿਲਕ ਦੀ ਜਗ੍ਹਾ ਆਲਮੋਸਟ 90% ਤੁਸੀਂ ਰਿਪਲੇਸ ਕਰ ਸਕਦੇ, ਲਾਈਕ ਸਮੂਦੀਜ਼। ਹਾਂ, ਸਮੂਦੀ ਜਿਸ ਤੋਂ ਲੋਕ ਪਾਉਂਦੇ ਹੀ ਪਾਉਂਦੇ, ਲੇਕਿਨ ਉਹ ਤਾਂ ਹੈਲਥ ਬੈਨੀਫਿਟ ਵੀ ਇਹਦਾ ਆ ਜਾਂਦਾ ਵਿੱਚ, ਰਾਈਟ, ਸਮੂਦੀ ਵਿੱਚ। ਮੈਨੂੰ ਮੇਰੇ ਡਾਈਟੀਸ਼ੀਅਨ ਕਹਿ ਰਹੀ ਸੀ ਵੀ ਇਹ ਵੇਟ ਲਾਸ ਵਾਸਤੇ ਬਹੁਤ ਅੱਛਾ ਹੈ। ਵੇਟ ਲਾਸ ਵਾਸਤੇ ਬਹੁਤ ਇਸ ਲਈ ਅੱਛਾ ਕਿ ਐਲਮੰਡ ਵੈਸੇ ਵੀ ਲਾਈਕ ਹਰ ਡਾਈਟੀਸ਼ੀਅਨ, ਆਈ ਥਿੰਕ ਮੈਨੂੰ ਲੱਗਦਾ ਹੈ ਕਿ 99% ਡਾਈਟੀਸ਼ੀਅਨ ਰਿਕਮੈਂਡ ਕਰਦੇ ਹੀ ਆ ਸੋਕਡ ਐਲਮੰਡਸ ਤਾਂ ਕਰਦੇ ਹੀ ਆ, ਸੋ ਇਟ ਇਜ਼ ਲਾਈਕ ਅਨਦਰ ਫਾਰਮ ਆਫ ਸੋਕਡ ਐਲਮੰਡਸ, ਯੂ ਕੈਨ ਸੇ, ਰਾਈਟ। ਓਕੇ ਓਕੇ, ਸੋ ਆਈ ਥਿੰਕ ਇਹਦੇ ਵਿੱਚ ਅਸੀਂ ਹੋਰ ਪਾਣੀ ਪਾ ਦਿੰਦੇ ਹਾਂ ਤਾਂ ਕਿ ਇਹ ਥੋੜ੍ਹਾ ਹੋਰ ਡਾਇਲਿਊਟ ਹੋ ਜਾਏ ਔਰ ਥੋੜ੍ਹੀ ਇਹਦੀ ਥਿਕਨੈਸ ਘੱਟ ਹੋ ਜਾਏ, ਰਾਈਟ। ਸੋ ਅਰਾਊਂਡ 1 ਗਲਾਸ ਆਫ ਵਾਟਰ ਇਨ 20-25 ਐਲਮੰਡਸ ਇਜ਼ ਲਾਈਕ 1 ਗਲਾਸ ਆਫ, ਰਾਈਟ। ਸੋ ਆਈ ਥਿੰਕ ਇਹਦੀ ਕੰਸਿਸਟੈਂਸੀ ਠੀਕ ਹੋ ਗਈ ਹੈ ਹੁਣ, ਐਂਡ ਆਈ ਐਮ ਗੋਇੰਗ ਟੂ ਪੋਰ ਇਟ ਇਨ ਅ ਜਾਰ। ਬਿਊਟੀਫੁਲ ਬਿਊਟੀਫੁਲ, ਬੜਾ ਬਿਲਕੁਲ ਇਟ ਇਜ਼ ਲੁਕਿੰਗ ਲਾਈਕ ਮਿਲਕ, ਮਤਲਬ ਆਲਮੋਸਟ ਲੁਕਸ ਲਾਈਕ ਮਿਲਕ ਓਨਲੀ। ਹਾਂ, ਟੇਸਟ ਜ਼ਰੂਰ ਇਹਦਾ ਥੋੜਾ ਜਿਹਾ ਨਟੀ ਰਹੇਗਾ, ਬਟ ਇਟ ਲੁਕਸ ਲਾਈਕ ਮਿਲਕ ਓਨਲੀ, ਰਾਈਟ। ਸੋ ਇਹ ਬਹੁਤ ਹੀ ਅੱਛੀ ਆਪਸ਼ਨ ਹੈ ਤੁਹਾਡੇ ਲਈ, ਲਾਈਕ ਫੋਰ ਡਾਇਟ ਪੀਪਲ, ਫੋਰ ਦ ਪੀਪਲ ਲਾਈਕ ਹੂ ਆਰ ਗੋਇੰਗ ਟੂ ਜਿਮ, ਹੂ ਵਾਂਟ ਟੂ ਸਟੇ ਹੈਲਦੀ, ਯੂ ਨੋ, ਮੋਮਸ, ਨਿਊ ਮੋਮਸ, ਜਿਵੇਂ ਜਿਹੜੀ ਮਦਰਸ ਬਣੀ ਹੈ, ਪ੍ਰੈਗਨੈਂਟ ਲੇਡੀਜ਼, ਉਹਨਾਂ ਲਈ ਵੀ ਐਲਮੰਡਸ ਬਹੁਤ ਹੀ ਅੱਛੇ ਹੁੰਦੇ ਆ। ਬੱਚਿਆਂ ਲਈ, ਲਾਈਕ ਬੱਚਿਆਂ ਲਈ ਤੁਸੀਂ, ਜਿਵੇਂ ਕਈ ਬੱਚੇ ਹੁੰਦੇ ਜਿਹੜੇ ਨਟਸ ਨਹੀਂ ਪਸੰਦ ਕਰਦੇ, ਰਾਈਟ, ਸੋ ਉਹਨਾਂ ਲਈ ਇੱਕ ਇਹ ਆਪਸ਼ਨ ਹੈ ਕਿ ਤੁਸੀਂ ਇਹਨਾਂ ਦੇ ਚੋਕਲੇਟ ਸ਼ੇਕ ਵਿੱਚ ਤੁਸੀਂ ਇਹਨੂੰ ਪਾ ਸਕਦੇ ਹੋ। Yeah. Right. So it is very good option for kids. And the ladies who are in profession and going to offices can preserve it for week even? Haan, tusi enu 3 to 4, 5 days tak tusi enu fridge tusi kar sakde ho store aur eh kharab nahi hunda. Us ke baad it might get, you know, ede ch thoda ja kyunki nut hega, eh thoda ja oh pani hunda hai, is karke kharab hone de chances hunde hai. So 4 to 5 days I think it will stay good in refrigerator, right? Yeah. So ਜੇ ਤੁਹਾਨੂੰ ਹੋਰ ਡਾਇਟ ਰੈਸਿਪੀਜ਼ ਔਰ ਡਾਇਟ ਫੂਡ ਵਿੱਚ ਇੰਟਰਸਟ ਹੈ ਔਰ ਅੱਛੇ ਲੱਗਦੇ ਤਾਂ ਜ਼ਰੂਰ ਕਮੈਂਟ ਕਰੋ ਨੀਚੇ ਐਂਡ ਟੈਲ ਅਸ ਇਫ ਯੂ ਵਾਂਟ ਅਸੀਂ ਹੋਰ ਸ਼ੋ ਕਰੀਏ। ਬਾਕੀ ਅਸੀਂ ਟਰਾਈ ਕਰਾਂਗੇ ਕਿ ਆਪਣੇ ਵੱਲੋਂ ਅਸੀਂ ਨਵੀਂ ਨਵੀਂ ਚੀਜ਼ਾਂ ਤੁਹਾਡੇ ਲਈ ਲਿਆਈਏ
ਤੇ ਨਵੀਂ ਨਵੀਂ ਚੀਜ਼ਾਂ ਤੁਹਾਨੂੰ ਦਿਖਾਈਏ। ਨੈਕਸਟ ਟਾਈਮ ਵੀ ਕੈਨ ਸ਼ੋ ਕੋਕੋਨਟ ਮਿਲਕ ਟੂ। ਹਾਂ, ਕੋਕੋਨਟ ਮਿਲਕ ਵੀ ਪਲਾਂਟ ਬੇਸਡ ਮਿਲਕ ਹੈ, ਉਹ ਵੀ ਲਾਈਕ ਕਨਸੈਪਟ ਸੇਮ ਹੈ ਕਿ ਤੁਸੀਂ ਉਹਨੂੰ ਵੀ ਐਵੇਂ ਬਣਾ ਸਕਦੇ ਹੋ ਕ੍ਰਸ਼ ਕਰਕੇ ਗ੍ਰਾਈਂਡ ਕਰਕੇ। ਬਟ ਵੀ ਵਿਲ ਸ਼ੋ ਦੈਟ। ਯਾ, ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਾਡੀ ਰੈਸਪੀਜ਼ ਪਸੰਦ ਆਉਂਦੀ ਹੈ, ਤੁਸੀਂ ਪਹਿਲੇ ਵੀ ਬਹੁਤ ਸਾਨੂੰ ਸਪੋਰਟ ਕਰਦੇ ਹੋ, ਲਾਈਕ ਕਰਦੇ ਹੋ, ਤੇ ਹੁਣ ਵੀ ਜ਼ਰੂਰ ਕਰੋ ਸਬਸਕ੍ਰਾਈਬ ਟੂ ਆਰ ਚੈਨਲ ਟੀਜ਼ਰ ਫੂਡ ਐਂਡ ਲਾਈਫ। ਤੁਸੀਂ ਯੂਟਿਊਬ ਤੇ ਟੀਜ਼ਰ ਫੂਡ ਐਂਡ ਲਾਈਫ ਲਿਖੋਗੇ ਤਾਂ ਸਾਡਾ ਚੈਨਲ ਮਿਲ ਜਾਏਗਾ ਤੁਹਾਨੂੰ। ਸੋ ਡੂ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਆਰ ਚੈਨਲ। ਥੈਂਕ ਯੂ ਵੈਰੀ ਮੱਚ।